ਇਹ ਤਹਿਰੀਕ ਮਸ਼ਹੂਰ ਆ ਕਿ ਸਾਡੇ ਜ਼ਿਲ੍ਹੇ ਦੇ ਤਕਰੀਬਨ ਤਮਾਮ ਸ਼ਹਿਰਾਂ ਦੇ ਦੋਸਤਾਂ ਨੇ ਸਾਨੂੰ ਇਹ ਮਿਹਰਬਾਨੀ ਦਾ ਇਜ਼ਹਾਰ ਦਿੱਤਾ ਅਤੇ ਖਸੂਸਰ ਸਾਡੇ ਅੱਜ ਦੇ ਚੀਫ ਗੈਸਟ ਸੁਲਤਾਨ ਹਮੀਦ ਸਾਹਿਬ, ਅਮੀਰ ਭੱਟੀ ਸਾਹਿਬ ਅਤੇ ਸਿਟੀ ਸ਼ੇਖਪੁਰਾ ਦੇ ਸਦਰ ਸ਼ਬਾਦ ਅਹਿਮਦ ਖਾਨ ਸਾਹਿਬ, ਸਾਡੇ ਭਾਈ ਸ਼ੇਖ ਅਜ਼ੀਮ ਸਾਹਿਬ, ਇਹਨਾਂ ਦਾ ਖਸੂਸੀ ਮਸ਼ਹੂਰ ਆ ਕਿ ਉਹਨਾਂ ਸਾਨੂੰ ਆਪਣੇ ਖਾਸ ਟਾਈਮ ਵਿੱਚੋਂ ਟਾਈਮ ਦਿੱਤਾ ਅਤੇ ਸਾਡੀ ਅੱਜ ਦੀ ਇਹ ਤਕਰੀਬ ਦਾ ਮਕਸਦ ਆਪਣੇ ਸਾਥੀਆਂ ਦੇ ਦੋਸਤਾਂ ਦੇ ਇਖਤਲਾਫਾਤ ਭੁਲਾ ਕੇ ਇਸ ਇਕੱਠ ਵਿੱਚ ਸ਼ਾਮਲ ਹੋਣ ਦਾ ਇਹ ਕਿ ਅਸੀਂ ਇੱਕ ਮੁੱਠ ਹੋਈਏ। ਇਹਦੇ ਵਿੱਚ ਹਰ ਜਿਵੇਂ ਬੱਦਲ ਸਾਹਿਬ ਕਿਹਾ ਕਿ ਹਰ ਫਿਰਕਾ ਦਾ ਆਪਸ ਵਿੱਚ ਵੀ ਉਮਰ ਕਰਨ ਦੇ ਇੱਕ ਦੂਜੇ ਨਾਲ ਇਖਤਲਾਫਾਤ ਹੁੰਦੇ ਨੇ, ਸਿਆਸੀ ਲੋਕਾਂ ਦੇ ਇੱਕ ਵਿਭਾਗ ਵਿੱਚ ਰਹਿ ਕੇ ਇਖਤਲਾਫਾਤ ਹੁੰਦੇ ਨੇ। ਇਵੇਂ ਹੀ ਸਹਾਫ਼ਤ ਵਿੱਚ ਸਹਾਫ਼ੀਆਂ ਦੇ ਇੱਕ ਦੂਜੇ ਨਾਲ ਇਖਤਲਾਫਾਤ ਸਾਡੇ ਸ਼ਹਿਰ ਵੀ ਹੈ, ਦੂਜਿਆਂ ਵਿੱਚ ਵੀ ਹੋਣਗੇ ਅਤੇ ਅਸੀਂ ਉਹਨਾਂ ਇਖਤਲਾਫਾਤ ਨੂੰ ਭੁਲਾ ਕੇ ਅੱਜ ਇਕੱਠ ਕੀਤਾ ਕਿ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਸਾਰੇ ਭਰਾ ਇੱਕ ਮੁੱਠ ਹੋ ਕੇ ਆਪਣੇ ਜ਼ਾਤੀ ਕੰਮਾਂ ਤੋਂ ਹਟ ਕੇ ਆਪਣੇ ਇਲਾਕੇ ਦੇ ਜੋ ਜੈਲ ਮੁਨਾਸਬ ਇਜਤਮਾਈ ਕੰਮ ਨੇ ਉਹਨਾਂ ਲਈ ਅਸੀਂ ਇੱਕ ਦੂਜੇ ਦੇ ਲਈ ਜੋ ਬੈਨੀਫਿਟ ਲੈ ਦੇ ਸਕਦੇ ਹਾਂ ਲਈਏ। ਅਤੇ ਜਿਵੇਂ ਕਿ ਪਿੱਛੇ ਸੌਦਰਾਬਾਦ ਦੇ ਵਿੱਚ ਵਾਕਿਆ ਹੋਇਆ, ਉਹਦੇ ਵਿੱਚ ਸਾਡੇ ਚੀਫ ਗੈਸਟ ਸਾਹਿਬ ਨੇ, ਰਾਣਾ ਖਾਨ ਸਾਹਿਬ ਨੇ ਵੀ ਇਹਨਾਂ ਸਾਰੇ ਸਾਥੀਆਂ ਨੂੰ ਆਪਣਾ ਬੜਾ ਸੋਹਣਾ ਹਿੱਸਾ ਪਾਇਆ ਅਤੇ ਉਹਦੇ ਵਿੱਚ ਇੱਕ ਜਾਬਰ ਅਸੀਂ ਇਹ ਤਕਰੀਬ ਇਸੇ ਲਈ ਚਾਹੁੰਦੇ ਹਾਂ ਸਾਥੀਆਂ ਨੂੰ ਕਿਉਂਕਿ ਦੂਸਰੇ ਦੋਸਤਾਂ ਵੀ ਖਿਤਾਬ ਕਰਨਾ ਅਤੇ ਇੰਨੀ ਕੁ ਰਿਕੁਐਸਟ ਸਾਰੇ ਭਾਈਆਂ ਨੂੰ ਕਰਾਂਗੇ ਕਿ ਅਸੀਂ ਜੀਓ ਪ੍ਰੈਸ ਕਲੱਬ ਅਤੇ ਦੀਵਾਨ ਸ਼ਰਾਬ ਮੈਰਿਜ ਹਾਲ ਨੇ ਜਨਾਬ ਦੀ ਮਿਹਰਬਾਨੀ ਦਾ ਇਜ਼ਹਾਰ ਲਿਆ ਤੁਹਾਡੇ ਟਾਈਮ ਸਾਰੇ ਸਾਥੀਆਂ ਜਿਵੇਂ ਸਾਨੂੰ ਸੀ ਜੀ ਪ੍ਰੈਸ ਕਲੱਬ ਖਾਨਗੜ੍ਹ ਡੋਗਰਾ, ਖਾਨਗੜ੍ਹ ਡੋਗਰਾ ਪ੍ਰੈਸ ਕਲੱਬ ਇਹਨਾਂ ਸਾਰੇ ਵੀ ਸਾਡੇ ਸ਼ਹਿਰ ਦੇ ਸਾਥੀਆਂ ਨੇ ਹਿੱਸਾ ਪਾਇਆ ਅਤੇ ਇਹਨਾਂ ਦੇ ਵੀ ਅਸੀਂ ਮਸ਼ਹੂਰ ਹਾਂ ਕਿ ਉਹਨਾਂ ਟਾਈਮ ਖਸੂਸੀ ਦਿੱਤਾ ਸਾਨੂੰ। ਅਤੇ ਇਸੇ ਨਾਲ ਹੀ ਮੈਂ ਆਪਣੇ ਅਲਫਾਜ਼ ਨੂੰ ਖਤਮ ਕਰਾਂਗਾ ਕਿ ਦੋਸਤੋ ਇੰਨੀ ਕੁ ਜ਼ਰਾ ਤਵੱਜੋ ਕਿ ਇਹ ਮਹਿਫਲ ਅਸਾਂ ਇਕੱਠ ਕਰਨ ਲਈ ਰੱਖੀਏ, ਨਾ ਕਿ ਇੱਕ ਦੂਜੇ ਦੇ ਇਖਤਲਾਫਾਂ ਨੂੰ ਉਜਾਗਰ ਕਰਨ ਲਈ। ਅਤੇ ਲਿਹਾਜ਼ਾ ਸਾਡੀ ਮਿਹਰਬਾਨੀ ਦਾ ਖਿਆਲ